10 ਵਜੇ ਦੇ ਕਰੀਬ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਫਲਾਈਟ ਹੈ ਉਹ ਦਿੱਲੀ ਪਹੁੰਚ ਜਾਏਗੀ ਔਰ 10:30 ਵਜੇ ਦੇ ਕਰੀਬ ਜਿਹੜਾ ਵੈ ਇੱਕ ਜਗ੍ਹਾ ਦੇ ਉੱਤੇ ਪਹਿਲਾਂ ਅੰਮ੍ਰਿਤਪਾਲ ਨੂੰ ਰੱਖਿਆ ਜਾਏਗਾ ਔਰ ਉਸ ਤੋਂ ਬਾਅਦ 11 ਵਜੇ ਦੇ ਕਰੀਬ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਪਹੁੰਚਣਗੇ ਔਰ 11 ਤੋਂ 12 ਵਜੇ ਦੇ ਵਿੱਚ ਉਹ ਜਿਹੜੀ ਹੈ ਉਹ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਲਿੱਤੀ ਜਾਏਗੀ। ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਿਤਾ, ਉਹਨਾਂ ਦੇ ਚਾਚਾ ਤੇ ਕੁਛ ਨਜ਼ਦੀਕੀ ਪਰਿਵਾਰਕ ਮੈਂਬਰ ਤੇ ਸਮਰਥਕ ਉਹ ਇਸ ਵੇਲੇ ਦਿੱਲੀ ਪਹੁੰਚੇ ਹੋਏ ਨੇ ਔਰ ਉਹਨਾਂ ਦੇ ਚਿਹਰੇ ਤੇ ਬੇਹੱਦ ਖੁਸ਼ੀ ਸੀਗੀ ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਉੱਤੇ NSA ਲੱਗੀ, ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਔਰ ਉੱਥੋਂ ਹੀ ਜਦੋਂ ਇਲੈਕਸ਼ਨ ਜਿੱਤ ਗਏ ਤਾਂ ਪਰਿਵਾਰ ਦੇ ਲਈ ਇੱਕ ਵੱਡਾ ਦਿਨ ਅੱਜ ਜ਼ਰੂਰ ਹੈ ਔਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਥੋੜ੍ਹੀ ਦੇਰ ਪਹਿਲਾਂ ਗੱਲਬਾਤ ਵੀ ਹੋ ਰਹੀ ਸੀ, ਕਾਫੀ ਜ਼ਿਆਦਾ ਉਤਸ਼ਾਹਤ ਜਿਹੜੇ ਨੇ ਉਹ ਨਜ਼ਰ ਆ ਰਹੇ ਸੀ। ਹਾਲਾਂਕਿ ਪਰਿਵਾਰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਤਨੀ ਨੇ ਉਹ ਦਿੱਲੀ ਨਹੀਂ ਆਏ ਨੇ, ਉਹ ਡਿਬਰੂਗੜ੍ਹ ਹੀ ਨੇ, ਉਹ ਇਸ ਕਰਕੇ ਦਿੱਲੀ ਨਹੀਂ ਆਏ ਕਿਉਂਕਿ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਜਾਂ ਸਿਕਿਉਰਿਟੀ ਦੇ ਵੱਲੋਂ ਇਹ ਕਿਹਾ ਗਿਆ ਕਿ ਪਰਿਵਾਰ ਨਾਲ ਅਜੇ ਤੱਕ ਕੋਈ ਮੁਲਾਕਾਤ ਦਾ ਪ੍ਰੋਗਰਾਮ ਨਹੀਂ ਹੈ, ਓਥ ਲਿੱਤੀ ਜਾਏਗੀ ਔਰ ਉਸ ਤੋਂ ਬਾਅਦ ਵਾਪਸ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਜਾਏਗਾ। ਇਸ ਕਰਕੇ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਤਨੀ ਨੇ ਉਹ ਦਿੱਲੀ ਨਹੀਂ ਪਹੁੰਚੇ ਨੇ, ਉਹਨਾਂ ਦੀ ਜਿਹੜੇ ਮਾਤਾ ਜੀ ਨੇ ਉਹ ਦਿੱਲੀ ਨਹੀਂ ਪਹੁੰਚੇ ਨੇ, ਲੇਕਿਨ ਉਹਨਾਂ ਦੇ ਪਿਤਾ, ਉਹਨਾਂ ਦੇ ਚਾਚਾ ਤੇ ਕੁਝ ਪਰਿਵਾਰਕ ਮੈਂਬਰ ਉਹ ਦਿੱਲੀ ਜ਼ਰੂਰ ਪਹੁੰਚੇ ਨੇ। ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਵੀ ਮਿਲਣ ਦਾ ਕੋਈ ਸਮਾਂ ਜਾਂ ਮਿਲਣ ਦੀ ਇਜਾਜ਼ਤ ਅਜੇ ਤੱਕ ਨਹੀਂ ਮਿਲੀ ਹੈ, ਅਸੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ, ਲੇਕਿਨ News 18 ਕੋਲ ਜਿਹੜੀ ਇਸ ਵੇਲੇ ਇਨਫੋਰਮੇਸ਼ਨ ਮਿਲੀ ਹੈ ਕਿ 10:15 ਦੇ ਕਰੀਬ ਜਿਹੜੀ ਫਲਾਈਟ ਹੈ ਉਹ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਪਹੁੰਚ ਜਾਏਗੀ, ਸਫਦਰਜੰਗ ਏਅਰਪੋਰਟ ਤੇ ਪਹੁੰਚੇਗੀ ਔਰ ਉਸ ਤੋਂ ਬਾਅਦ 11 ਵਜੇ ਦੇ ਕਰੀਬ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਪਹੁੰਚਣਗੇ ਔਰ ਉੱਥੇ ਲੋਕ ਸਭਾ ਸਪੀਕਰ ਦਫ਼ਤਰ ਜਿਹੜੀ ਹੈ ਉਹ ਅੰਮ੍ਰਿਤਪਾਲ ਸਿੰਘ ਲੈਣਗੇ। ਇਸ ਤੋਂ ਇਲਾਵਾ ਕਿਉਂਕਿ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਈ ਸਾਰੇ ਇਮੋਸ਼ਨਲ ਐਂਗਲ ਵੀ ਨੇ ਜਿਹੜੇ ਉਹਨਾਂ ਦੇ ਸਮਰਥਕ ਨੇ, ਤਾਂ ਉਹਨਾਂ ਦੇ ਕਿੰਨੇ ਕੁ ਉੱਥੇ ਸਮਰਥਕ ਪਹੁੰਚ ਜਾਣਗੇ। ਇਸ ਕਰਕੇ ਜਿਹੜਾ ਪਾਰਲੀਮੈਂਟ ਦੇ ਆਸ ਪਾਸ ਦਾ ਏਰੀਆ ਵੈ ਉੱਥੇ ਵੀ ਸੁਰੱਖਿਆ ਦਾ ਖਾਸ ਇੰਤਜ਼ਾਮ ਕੀਤਾ ਹੋਇਆ, CRPF ਦੇ ਕੁਛ ਟੁਕੜੀਆਂ ਲਗਾਈਆਂ ਨੇ, ਦਿੱਲੀ ਪੁਲਿਸ ਉੱਥੇ ਤੈਨਾਤ ਹੈ ਤਾਂ ਕਿ ਕੋਈ ਵੀ ਅਜਿਹਾ ਮਾਹੌਲ ਨਾ ਬਣੇ ਜਿਸ ਦੇ ਨਾਲ ਮਾਹੌਲ ਕੋਈ ਗੰਭੀਰ ਬਣੇ ਜਾਂ ਕੁਛ ਬਣੇ। ਹਾਲਾਂਕਿ ਪਰਿਵਾਰ ਸਮਰਥਕ ਬੇਹੱਦ ਖੁਸ਼ ਨੇ, ਖੁਸ਼ੀ ਜ਼ਾਹਰ ਕਰ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਨੇ ਕਦੀ ਵੀ ਪੰਜਾਬ ਨੂੰ, ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਜਾਂ ਅਜਿਹੀ ਗੱਲਬਾਤ ਨਹੀਂ ਕੀਤੀ। ਉਹ ਚਾਹੁੰਦੇ ਨੇ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਿਹੜੇ ਨਸ਼ੇ 'ਚ ਪੈ ਗਏ ਨੇ ਉਸ ਤੋਂ ਬਾਹਰ ਕੱਢਿਆ ਜਾਵੇ ਔਰ ਪਿਤਾ ਨੇ ਇਹ ਗੱਲ ਕਹੀ News 18 ਤੇ ਆ ਕੇ ਕਿ ਅੰਮ੍ਰਿਤਪਾਲ ਸਿੰਘ ਜਦੋਂ ਪਾਰਲੀਮੈਂਟ 'ਚ ਮੁੱਦਾ ਚੱਕਣਗੇ ਤਾਂ ਸਭ ਤੋਂ ਪਹਿਲਾ ਮੁੱਦਾ ਜਿਹੜਾ ਵੈ ਬੰਦੀ ਸਿੰਘਾਂ ਦੀ ਰਿਹਾਈ ਦਾ ਹੋਏਗਾ, ਇਸ ਤੋਂ ਇਲਾਵਾ ਪੰਜਾਬ ਦੇ ਪਾਣੀਆਂ ਦਾ ਹੋਏਗਾ, ਇਸ ਤੋਂ ਇਲਾਵਾ ਜਿਹੜੇ ਨਸ਼ਾ ਹੈ ਪੰਜਾਬ ਦੇ ਵਿੱਚ ਉਹ ਮੁੱਦਾ ਹੋਏਗਾ। ਜਦੋਂ ਉਹਨਾਂ ਨੂੰ ਕਿਹਾ ਕਿ ਓਪੋਜੀਸ਼ਨ ਦੇ ਜਿਹੜੇ ਲੀਡਰ ਨੇ, ਜਿਹੜੇ ਵਿਰੋਧੀ ਲੀਡਰ ਨੇ ਅੰਮ੍ਰਿਤਪਾਲ ਸਿੰਘ ਦੇ ਲਗਾਤਾਰ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਏਜੰਸੀਆਂ ਨੇ, ਅੰਮ੍ਰਿਤਪਾਲ ਸਿੰਘ ISI ਦੇ ਜਾਂ ਕਿਸੇ ਹੋਰ ਪਾਕਿਸਤਾਨ ਵਿਰੋਧੀ ਜਿਹੜੇ ਪਾਕਿਸਤਾਨ ਦੇ ਹੱਥਾਂ 'ਚ ਖੇਡ ਰਿਹਾ ਜਾਂ ਫਿਰ ਇਸ ਦੇ ਪਿੱਛੇ RSS ਹੋ ਸਕਦੀ ਹੈ, ਇਸ ਤਰੀਕੇ ਦੇ ਇਲਜ਼ਾਮ ਲੱਗਦੇ ਨੇ। ਤਾਂ ਉਹਨਾਂ ਦੇ ਪਿਤਾ ਨੇ ਕਿਹਾ ਕਿ ਕੋਈ ਕਹਿ ਰਿਹਾ ਕਿ ISI ਪਿੱਛੇ ਹੈ ਜਾਂ ਪਾਕਿਸਤਾਨ ਪਿੱਛੇ ਹੈ, ਕੋਈ ਕਹਿ ਰਿਹਾ RSS ਪਿੱਛੇ ਹੈ, ਇਹ ਦੋਵੇਂ ਸਟੇਟਮੈਂਟ ਹੀ ਮੈਚ ਨਹੀਂ ਕਰਦੀਆਂ। ਔਰ ਅੰਮ੍ਰਿਤਪਾਲ ਸਿੰਘ ਦੁਬਈ ਰਹਿੰਦੇ ਜ਼ਰੂਰ ਸੀਗੇ, 2010-12 ਦੇ ਕਰੀਬ ਕੇਸ ਕਟਾਏ, ਉਦੋਂ ਕਾਫੀ ਜ਼ਿਆਦਾ ਪਰਿਵਾਰ ਦੇ ਵਿੱਚ ਰੋਸ ਸੀਗਾ, ਲੇਕਿਨ ਜਦੋਂ ਦੁਬਾਰਾ ਕੇਸ ਰੱਖਣ ਦਾ ਫੈਸਲਾ ਕੀਤਾ ਔਰ ਪੰਜਾਬ ਆ ਕੇ ਜਦੋਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਤਾਂ ਪਰਿਵਾਰ 'ਚ ਬੇਹੱਦ ਖੁਸ਼ੀ ਸੀਗੀ, ਲੇਕਿਨ ਬਾਅਦ ਵਿੱਚ NSA ਲੱਗ ਗਈ ਜਾਂ ਮਾਹੌਲ ਅਜਿਹਾ ਬਣ ਗਿਆ, ਕਈ ਸਾਰੇ ਚੈਲੇਂਜ, ਕਈ ਸਾਰੀਆਂ ਚੁਣੌਤੀਆਂ ਪਰਿਵਾਰ ਦੇ ਸਾਹਮਣੇ ਸੀਗੀਆਂ। ਲੇਕਿਨ ਹੁਣ ਜਦੋਂ ਮੈਂਬਰ ਪਾਰਲੀਮੈਂਟ ਬਣੇ ਨੇ ਤਾਂ
ਨਸ਼ਿਆਂ ਦਾ ਮੁੱਦਾ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਜਾਏਗਾ। ਔਰ ਇਹ ਵੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਪੁੱਛਿਆ ਕਿ ਖਾਲਿਸਤਾਨ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਕਿ ਖਾਲਿਸਤਾਨ ਦੇ ਸਮਰਥਕ ਨੇ ਅੰਮ੍ਰਿਤਪਾਲ ਸਿੰਘ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜੋ ਹਾਲਾਤ ਨੇ, ਪੰਜਾਬ 'ਚ ਜੋ ਕੁਛ ਹੋ ਰਿਹਾ, ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਇਨਸਾਫ ਮਿਲੇ, ਨਸ਼ੇ ਤੇ ਖਾਤਮਾ ਹੋਵੇ। ਜੇ ਪਿਛਲੇ 20-25 ਸਾਲਾਂ 'ਚ ਪੰਜਾਬ ਦੀ ਇਹ ਹਾਲਤ ਬਣੀ ਹੈ ਤਾਂ ਉਸ ਦੇ ਲਈ ਕੋਈ ਨੌਜਵਾਨ ਮੁੰਡਾ ਅੱਗੇ ਆ ਕੇ ਪੰਜਾਬ ਦੇ ਨੌਜਵਾਨਾਂ ਨੂੰ ਜੋੜ ਰਿਹਾ ਤਾਂ ਇਹ ਚੰਗੀ ਗੱਲ ਹੈ। ਖਾਲਿਸਤਾਨ ਦੇ ਪੱਖੀ ਜਾਂ ਖਾਲਿਸਤਾਨ ਦੇ ਅਗੇਂਸਟ ਇਸ 'ਤੇ ਜਿਹੜਾ ਵਾ ਉਹਨਾਂ ਨੇ ਗੋਲਮੋਲ ਗੱਲਬਾਤ ਜ਼ਰੂਰ ਕੀਤੀ, ਲੇਕਿਨ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਅੰਮ੍ਰਿਤਪਾਲ ਅਤੇ ਉਹਨਾਂ ਦੇ ਪੂਰੇ ਪਰਿਵਾਰ ਦੇ ਆਦਰਸ਼ ਨੇ, ਉਹਨਾਂ ਦੇ ਰੋਲ ਮਾਡਲ ਨੇ।